ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣਾਈ ਗਈ ਜਾਂਚ ਟੀਮ। ਪਿਛਲੇ 6 ਦਿਨਾਂ ਤੋਂ ਲਗਾਤਾਰ ਫਰੀਦਕੋਟ, ਬਰਗਾੜੀ ਅਤੇ ਕੋਟਕਪੁਰਾ 'ਚ ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ। ਅੱਜ ਫਰੀਦਕੋਟ ਵਿੱਚ ਵੀ ਸਿੱਟ ਵੱਲੋਂ ਬਣਾਏ ਗਏ ਕੈਂਪਸ ਆਫਿਸ ਵਿੱਚ ਟੀਮ ਮੈਂਬਰ IG ਕੁੰਵਰ ਵਿਜੇ ਪ੍ਰਤਾਪ ਵੱਲੋਂ ਵੱਖ ਵੱਖ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਬਣਾਈ ਗਈ ਜਾਂਚ ਟੀਮ ਵੱਲੋਂ ਉਸ ਵੇਲੇ ਬੇਅਦਬੀ ਮਾਮਲੇ ਵਿੱਚ ਦੋਸ਼ੀ ਮੰਨੇ ਗਏ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਵੀ ਅੱਜ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਤਾਂ ਹੋਏ, ਪਰ ਉਹਨਾਂ ਨੇ ਇਸ ਸੰਬੰਧੀ ਆਪਣੇ ਬਿਆਨ ਦਰਜ ਨਹੀਂ ਕਰਵਾਏ ਹਨ। ਸਿੱਟ ਵੱਲੋਂ ਅੱਜ ਕਰੀਬ 7 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਇਨਵੈਸਟੀਗੇਸ਼ਨ ਟੀਮ ਨੇ ਜਿਨ੍ਹਾਂ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਉਹਨਾਂ ਨੂੰ ਅਦਾਲਤ ਵਿੱਚ ਵੀ ਗਵਾਹੀ ਦੇਣੀ ਪਵੇਗੀ। ਇਹ ਜੋ ਜਾਂਚ ਚੱਲ ਰਹੀ ਹੈ, ਇਹ ਜਾਂਚ ਕੋ ਹਮ ਤਫਤੀਸ਼ ਬੋਲੇਂਗੇ। ਇਹ ਜਾਂਚ ਨਹੀਂ ਹੈ, ਇਹ ਤਫਤੀਸ਼ ਹੈ, ਇਸਕੋ ਇਨਵੈਸਟੀਗੇਸ਼ਨ ਹਮ ਬੋਲਤੇ ਹੈ। ਔਰ ਇਸ ਇਨਵੈਸਟੀਗੇਸ਼ਨ ਮੈਂ ਜੋ ਲੋਕ ਆਪਣਾ ਸਟੇਟਮੈਂਟ ਰਿਕਾਰਡ ਕਰਾਤੇ ਹੈ, ਵੋ ਰਿਕਾਰਡ ਹੋਤਾ ਹੈ CRPC ਕੇ ਤਹਿਤ, ਕ੍ਰਿਮੀਨਲ ਪ੍ਰੋਸੀਜਰ ਕੋਡ ਕੇ ਤਹਿਤ ਹਮ ਉਨਕਾ ਸਟੇਟਮੈਂਟ ਰਿਕਾਰਡ ਕਰਤੇ ਹੈ। ਔਰ ਜੋ ਲੋਕ ਯਹਾਂ ਬਿਆਨ ਰਿਕਾਰਡ ਕਰਾਏਂਗੇ, ਉਨਕਾ ਅਦਾਲਤ ਮੈਂ ਜ਼ਰੂਰ ਬਿਆਨ ਹੋਗਾ, ਕਿਉਂਕਿ ਵੋ ਵਿਟਨੈਸ ਹੋਣੇ। ਤੋ ਇਸ ਲਈ ਜਾਂਚ ਮੈਂ ਔਰ ਇਨਵੈਸਟੀਗੇਸ਼ਨ ਮੈਂ ਫਰਕ ਹੈ। ਆਜ 7-8 ਲੋਕ ਅਭੀ ਤੱਕ ਆ ਚੁੱਕੇ ਹੈ ਆਪਣਾ ਸਟੇਟਮੈਂਟ ਦਰਜ ਕਰਾਨੇ ਕੇ ਲਈ, ਕਈ ਔਰ ਲੋਕੋਂ ਕੋ ਬੁਲਾਇਆ ਗਿਆ ਹੈ, ਉਨਕਾ ਸਟੇਟਮੈਂਟ ਲਿਆ ਜਾਏਗਾ ਔਰ ਤਫਤੀਸ਼ ਹਮਾਰੀ ਜਾਰੀ ਰਹੇਗੀ। ਸਰ, ਕੁਛ ਨਵੇਂ ਵਿਟਨੈਸਿਸ ਮੈਂ ਕੋਈ ਅਪੀਅਰ ਹੋਏ ਹੈ ਜਿਨ੍ਹਾਂ ਨੇ ਕੁਛ ਤੱਥ ਪੇਸ਼ ਕੀਏ ਹੋ? ਤੱਥ ਸਾਰੇ ਆ ਰਹੇ ਹੈ, ਤੱਥ ਅਭੀ ਹਮ ਆਪਕੋ ਨਹੀਂ ਬਤਾਏਗੇ, ਠੀਕ ਹੈ ਕਿ ਨਹੀਂ। ਤੱਥੇ ਤੋਂ ਸਾਰੇ ਜਬ ਹਮ ਸਟੇਟਮੈਂਟ ਲੈ ਲੇਂਗੇ ਸਭ ਕਾ ਔਰ ਸਾਰੇ ਰਿਕਾਰਡ ਮਤਲਬ ਇਕੱਠਾ ਕਰ ਲੇਂਗੇ, ਤੱਥੇ ਉਸ ਸਮੇਂ ਹਮ ਆਪਕੋ ਬਤਾਏਂਗੇ। ਤੋ ਸਰ, ਕਿਆ ਉਮੀਦ ਕੀ ਜਾ ਸਕਦੀ ਕਿ ਕਬ ਤੱਕ ਇਹ ਜੋ ਜਾਂਚ ਹੈ ਤੋ ਇਨਵੈਸਟੀਗੇਸ਼ਨ ਪੂਰੀ ਹੋ ਜਾਏ? ਆਪਨੇ ਦੇਖ ਲਿਆ ਕਿ ਹਮ ਰੋਜ਼ ਇਸ ਮੇਂ ਇਨਵੈਸਟੀਗੇਸ਼ਨ ਕਰ ਰਹੇ ਹੈ, ਹਮਾਰੇ SIT ਕਾ ਕੋਈ ਨਾ ਕੋਈ ਮੈਂਬਰ ਡੇਲੀ ਯਹਾਂ ਹੋਤਾ ਹੈ, ਤੋ ਜਾਂਚ ਕਾਫੀ ਤੇਜ਼ੀ ਸੇ ਚੱਲ ਰਹੀ ਹੈ ਔਰ ਉਮੀਦ ਹੈ ਕਿ ਹਮ ਬਹੁਤ ਜਲਦੀ ਇਸਕੇ ਕੰਕਲੂਜਨ ਪਰ ਪਹੁੰਚੇਂਗੇ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।